Hello everyone, welcome to Victor's Knowledge. This is Chinu Sharma and today we are going to take up another important lecture in the form of MCQs for economic and social development. So jada economic te social development da topic hai is sare hi exams de vich je tusi dekhoge ta economics head de andar 3 to 4 questions zarur ise topic de naal related hunde ne. So jede bhi students Punjab Police, PPSC, NIAP, cooperative kisi bhi exam di taiyari kar rahe ne ਉਹਨਾਂ ਦੇ ਲਈ ਇਹ ਲੈਕਚਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਆਲਸੋ ਬਿਫੋਰ ਬਿਗਨਿੰਗ ਵਿਦ ਅ ਚੈਪਟਰ ਆਈ ਵਾਂਟ ਟੂ ਸ਼ੇਅਰ ਸਮਥਿੰਗ ਇੰਪੋਰਟੈਂਟ ਵਿਦ ਯੂ ਗਾਇਸ। ਸੋ ਆਈ ਹੈਵ ਆਲਰੇਡੀ ਲਾਂਚਡ ਅ ਸਪੈਸ਼ਲ ਮੌਕ ਟੈਸਟ ਇਨ ਵਿਚ ਦੇਰ ਆਰ ਟੋਟਲ 5 ਕੰਪਲੀਟ ਮੌਕ ਟੈਸਟ ਵਿਦ ਸੋਲਿਊਸ਼ਨ ਫਾਰ ਰੀਜ਼ਨਿੰਗ ਪਾਰਟ ਫਾਰ ਪੀਪੀਐਸਸੀ ਨਾਇਬ ਤਹਿਸੀਲਦਾਰ ਐਸ ਵੈਲ ਐਸ ਕੋਆਪਰੇਟਿਵ ਐਗਜ਼ਾਮ। ਆਲਸੋ ਨੋਟਸ ਆਰ ਅਵੇਲੇਬਲ ਫਾਰ ਦੀਸ ਟੂ ਐਗਜ਼ਾਮਸ। ਸੋ ਇਫ ਯੂ ਆਰ ਇੰਟਰਸਟਿੰਗ ਇਨ ਬਾਇੰਗ ਨੋਟਸ ਔਰ ਮੌਕ ਟੈਸਟ You can send email on legalvictor02896@gmail.com. So starting with first question, which one of the following statement appropriately describe the fiscal stimulus? ਬਹੁਤ ਵਾਰੀ ਜਦੋਂ ਆਪਾਂ economics ਪੜ੍ਹਦੇ ਹਾਂ ਤਾਂ ਉਹਦੇ ਵਿੱਚ fiscal stimulus ਇਹ word use ਕੀਤਾ ਜਾਂਦਾ ਹੈ। So question ਹੈ ਕਿ ਇਹਨਾਂ ਚਾਰਾਂ statements ਦੇ ਵਿੱਚੋਂ ਕਿਹੜੀ ਸਟੇਟਮੈਂਟ ਫਿਜ਼ੀਕਲ ਸਟਿਮੂਲਸ ਦਾ ਸਹੀ ਮਤਲਬ ਸਮਝਾ ਰਹੀ ਹੈ, ਉਹਨੂੰ ਸਹੀ ਤਰੀਕੇ ਨਾਲ ਡਿਸਕ੍ਰਾਈਬ ਕਰ ਰਹੀ ਹੈ। ਫਿਜ਼ੀਕਲ ਸਟਿਮੂਲਸ ਦਾ ਮਤਲਬ ਹੈ ਫਿਜ਼ੀਕਲ, ਆਪਾਂ ਆਮ ਤੌਰ ਤੇ ਜਦੋਂ ਕੋਈ ਆਰਥਿਕ ਹਾਲਤ ਸਪੈਸ਼ਲੀ ਕਿਸੇ ਵੀ ਦੇਸ਼ ਦੀ ਸਰਕਾਰ ਦੀ ਡਿਫਾਈਨ ਕਰਨੀ ਹੁੰਦੀ ਹੈ ਉਦੋਂ ਵਰਡ ਯੂਜ਼ ਕਰਦੇ ਹਾਂ। ਫਿਜ਼ੀਕਲ ਸਟਿਮੂਲਸ ਦਾ ਮਤਲਬ ਹੈ ਦੇਸ਼ ਦੀ, ਜਦੋਂ ਕੋਈ ਵੀ ਸਰਕਾਰ ਇਕਨੋਮਿਕ ਐਕਟੀਵਿਟੀ ਨੂੰ, ਆਰਥਿਕ ਹਾਲਤ ਨੂੰ ਬੂਸਟ ਕਰਨ ਦੇ ਲਈ, ਸਟਰੋਂਗ ਕਰਨ ਦੇ ਲਈ ਜਿਹੜੇ ਵੀ ਪੋਜ਼ਿਟਿਵ ਕਦਮ ਚੁੱਕਦੀ ਹੈ, ਜਿਹੜੀ ਆਪਣੀ ਪਾਲਿਸੀ ਦੇ ਵਿੱਚ ਬਦਲਾਅ ਲੈ ਕੇ ਆਉਂਦੀ ਹੈ ਉਹਨੂੰ ਕਹਿੰਦੇ ਆ ਫਿਸਕਲ ਸਟਿਮੂਲਸ। ਸੋ ਬੇਸਿਕਲੀ ਦੇਸ਼ ਦੀ ਇਕਨੋਮਿਕ ਐਕਟੀਵਿਟੀ ਨੂੰ ਬੂਸਟ ਕਰਨ ਦੇ ਲਈ, ਸਟਰੋਂਗ ਕਰਨ ਦੇ ਲਈ ਜਿਹੜੇ ਵੀ ਐਕਸ਼ਨ ਲਏ ਜਾਂਦੇ ਨੇ ਕਿਸੇ ਵੀ ਦੇਸ਼ ਦੀ ਸਰਕਾਰ ਦੇ ਦੁਆਰਾ, ਉਹਨੂੰ ਕਿਹਾ ਜਾਂਦਾ ਹੈ ਫਿਸਕਲ ਸਟਿਮੂਲਸ। ਸੋ ਰਾਈਟ ਆਨਸਰ ਇਜ਼ ਆਪਸ਼ਨ 2, ਇਟ ਇਜ਼ ਐਨ ਇੰਟੈਂਸ ਐਫਰਮੇਟਿਵ ਐਕਸ਼ਨ ਆਫ ਦ ਗਵਰਨਮੈਂਟ to boost economic activity in the country. Next question, ਇਹਨਾਂ ਚਾਰਾਂ ਦੇ ਵਿੱਚੋਂ ਯੂਨਾਈਟਿਡ ਨੇਸ਼ਨ, ਜੋ ਇੱਕ ਬਹੁਤ ਇੰਪੋਰਟੈਂਟ ਇੰਟਰਨੈਸ਼ਨਲ ਲੈਵਲ ਦੀ ਆਰਗੇਨਾਈਜੇਸ਼ਨ ਹੈ, ਉਹਦੇ ਨਾਲ ਰਿਲੇਟਿਡ ਕੀ ਚੀਜ਼ ਨਹੀਂ ਹੈ? ਸੋ ਵਿਚ ਇਜ਼ ਨੋਟ ਰਿਲੇਟਿਡ ਟੂ UN ਇਜ਼ ਆਪਸ਼ਨ B, ਬੈਂਕ ਫਾਰ ਇੰਟਰਨੈਸ਼ਨਲ ਸੈਟਲਮੈਂਟ। ਵਿਚ ਵਨ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਐਨ ਅਪਰੋਪਰੀਏਟ ਡਿਸਕ੍ਰਿਪਸ਼ਨ ਆਫ ਡਿਫਲੇਸ਼ਨ? ਇਨਫਲੇਸ਼ਨ, ਡਿਫਰੇਸ਼ਨ, ਇਹ ਆਪਾਂ ਦੋ ਟਰਮਸ ਜਦੋਂ ਵੀ ਪ੍ਰਾਈਸ ਦੀ ਗੱਲ ਕਰਦੇ ਹਾਂ ਇਕਨੋਮਿਕਸ ਦੇ ਅੰਦਰ ਆਪਣੇ ਸਾਹਮਣੇ ਆਉਂਦੀਆਂ ਨੇ, ਆਪਾਂ ਇਹਨਾਂ ਨੂੰ ਪੜ੍ਹਦੇ ਹਾਂ। ਇਨਫਲੇਸ਼ਨ ਦਾ ਮਤਲਬ ਹੁੰਦਾ ਜਦੋਂ ਮਹਿੰਗਾਈ ਹੋਵੇ ਕਿਸੇ ਵੀ ਦੇਸ਼ ਦੇ ਵਿੱਚ, ਪ੍ਰਾਈਸ ਵੱਧ ਜਾਣ। ਡਿਫਲੇਸ਼ਨ ਇਨਫਲੇਸ਼ਨ ਦਾ ਓਪੋਜ਼ਿਟ ਹੈ, ਬਿਲਕੁਲ ਉਲਟਾ ਹੈ, ਜਦੋਂ ਇੱਕੋ ਦਮ ਗੁੱਡਸ ਤੇ ਸਰਵਿਸਿਜ਼ ਦਾ ਜਿਹੜਾ ਜਨਰਲ ਪ੍ਰਾਈਸ ਹੈ ਉਹਦੇ ਵਿੱਚ ਗਿਰਾਵਟ ਆਵੇ, ਫਾਲ ਹੋ ਜਾਵੇ, ਉਸ ਸਿਚੁਏਸ਼ਨ ਨੂੰ ਕਹਿੰਦੇ ਆ ਡਿਫਲੇਸ਼ਨ। ਸੋ ਤੁਸੀਂ ਐਗਜ਼ਾਮ ਦੇ ਲਈ ਯਾਦ ਰੱਖਣਾ ਹੈ ਕਿ ਇਨਫਲੇਸ਼ਨ ਜਿਹੜੀ ਆਮ ਤੌਰ ਤੇ ਮਹਿੰਗਾਈ ਹੁੰਦੀ ਹੈ, ਜਨਰਲ ਮੀਨਿੰਗ, ਉਹਦਾ ਉਲਟਾ ਹੈ ਡਿਫਲੇਸ਼ਨ। ਸੋ ਰਾਈਟ ਆਨਸਰ ਇਜ਼ ਆਪਸ਼ਨ 3, ਇਟ ਇਜ਼ ਅ ਪਰਸਿਸਟੈਂਟ ਫਾਲ ਇਨ ਦ ਜਨਰਲ ਪ੍ਰਾਈਸ ਲੈਵਲ ਆਫ ਗੁੱਡਸ ਐਂਡ ਸਰਵਿਸਿਜ਼। ਨੈਕਸਟ 3 ਕੰਟਰੀਜ਼ ਦੇ ਨਾਮ ਨੇ। ਸੋ ਆਪਾਂ ਨੇ ਦੱਸਣਾ ਹੈ ਜਿਹੜੀ ਏਸ਼ੀਅਨ ਇੰਪੋਰਟੈਂਟ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ, ਇਹ ਤਿੰਨਾਂ ਕੰਟਰੀਜ਼ ਦੇ ਵਿੱਚੋਂ ਉਸ ਆਰਗੇਨਾਈਜੇਸ਼ਨ ਦੇ ਮੈਂਬਰ ਕਿਹੜੇ ਕਿਹੜੇ ਨੇ? ਸੋ ਇਹਨਾਂ ਦੇ ਵਿੱਚੋਂ ਬਰੂਨੀ ਦਰਸਿਲਮ ਤੇ ਲਾਓਸ, ਇਹ ਫਸਟ ਐਂਡ ਥਰਡ ਜਿਹੜੀਆਂ ਦੋ ਕੰਟਰੀਜ਼ ਦੇ ਆਪਸ਼ਨਸ ਦੇ ਵਿੱਚ ਇਹ ਏਸ਼ੀਅਨ ਦੇ ਮੈਂਬਰ ਹੈ। ਈਸਟ ਤਿਮੋਰ ਇਜ਼ ਨਾਟ ਮੈਂਬਰ ਆਫ ਏਸ਼ੀਅਨ। ਸੋ ਰਾਈਟ ਆਨਸਰ ਇਜ਼ ਆਪਸ਼ਨ 3। ਨੈਕਸਟ ਇਜ਼ ਕੰਸੀਡਰ ਦ ਫੋਲੋਇੰਗ ਸਟੇਟਮੈਂਟ, ਇਨ ਇੰਡੀਆ ਟੈਕਸਿਸ ਔਨ ਟ੍ਰਾਂਜੈਕਸ਼ਨ ਇਨ ਸਟਾਕ ਐਕਸਚੇਂਜ ਐਂਡ ਫਿਊਚਰ ਮਾਰਕੀਟਸ ਆਰ। ਸੋ ਦੋ ਸਟੇਟਮੈਂਟ ਨੇ ਇੰਡੀਆ ਦੇ ਵਿੱਚ ਜਿਹੜੀ ਸਟਾਕ ਮਾਰਕੀਟ ਹੈ, ਜਿਹੜੀ ਫਿਊਚਰ ਮਾਰਕੀਟ ਹੈ, ਉਹਦੇ ਵਿੱਚ ਟੈਕਸ ਨੇ ਜਿਹੜੇ ਉਹ ਕਿਵੇਂ ਲਗਾਏ ਜਾਂਦੇ ਨੇ, ਕੌਣ ਲਗਾਉਂਦਾ, ਸੈਂਟਰ ਲਗਾਉਂਦਾ ਜਾਂ ਸਟੇਟ ਲਗਾਉਂਦੀ ਹੈ, ਉਹਨਾਂ ਨੂੰ ਫਿਰ ਕਲੈਕਟ ਕੌਣ ਕਰਦਾ। ਸੋ ਦੋ ਸਟੇਟਮੈਂਟ ਨੇ, ਪਹਿਲੀ ਸਟੇਟਮੈਂਟ ਕਹਿ ਰਹੀ ਹੈ ਕਿ ਯੂਨੀਅਨ ਲਗਾਉਂਦਾ, ਦੂਜੀ ਸਟੇਟਮੈਂਟ ਕਹਿੰਦੀ ਹੈ ਕਿ ਜਿਹੜਾ ਸਟਾਕ ਐਕਸਚੇਂਜ ਵਾਲਾ ਟੈਕਸ ਹੈ ਉਹਨੂੰ ਸਟੇਟਸ ਕਲੈਕਟ ਕਰਦੀਆਂ ਨੇ। ਸੋ ਇਹ ਦੂਜੀ ਸਟੇਟਮੈਂਟ ਉਰੇ ਗਲਤ ਹੈ, ਸਿਰਫ ਪਹਿਲੀ ਸਟੇਟਮੈਂਟ ਸਹੀ ਹੈ। ਲਿਵਾਈ ਐਸ ਵੈਲ ਐਸ ਕਲੈਕਸ਼ਨ ਇਜ਼ ਡਨ ਬਾਈ ਯੂਨੀਅਨ ਓਨਲੀ ਵੈਨ ਇਟ ਕਮਸ ਟੂ ਦ ਟੈਕਸਿਸ ਔਨ ਟ੍ਰਾਂਜੈਕਸ਼ਨ ਇਨ ਸਟਾਕ ਐਕਸਚੇਂਜ ਐਂਡ ਫਿਊਚਰ ਮਾਰਕੀਟ। ਜਿੰਨੇ ਵੀ ਸ਼ੇਅਰਸ ਨਾਲ ਜਿਹੜਾ ਬਾਜ਼ਾਰ ਚੱਲਦਾ ਹੈ ਉਹਦੇ ਵਿੱਚ ਜੋ ਵੀ ਟ੍ਰਾਂਜੈਕਸ਼ਨਾਂ ਹੁੰਦੀਆਂ ਨੇ ਉਹਨਾਂ ਉੱਤੇ ਜਿਹੜਾ ਟੈਕਸ ਲੱਗਦਾ ਉਰੇ ਉਹਦੀ ਗੱਲ ਹੋ ਰਹੀ ਹੈ। ਨੈਕਸਟ ਕਮ ਵੈਰੀ ਇੰਪੋਰਟੈਂਟ ਕੁਐਸਚਨ, ਬੰਬੇ ਮੈਨੀਫੈਸਟੋ 1936 ਵਿੱਚ ਸਾਈਨ ਕੀਤਾ ਗਿਆ ਸੀ, ਇਹਦੇ ਵਿੱਚ ਸੋਸ਼ਲਿਸਟ ਆਈਡੀਆ ਸੀ। ਦੂਜੀ ਸਟੇਟਮੈਂਟ ਕਹਿ ਰਹੀ ਹੈ
ਜਿੰਨੇ ਵੀ ਬਿਜ਼ਨਸ ਕਮਿਟੀ ਦੇ ਲੋਕ ਸੀ ਪੂਰੇ ਦੇਸ਼ ਦੇ ਅੰਦਰ ਭਾਰਤ ਦੇ ਵਿੱਚ ਉਹਨਾਂ ਤੋਂ ਇਹਨੂੰ ਸਪੋਰਟ ਮਿਲੀ। ਸੋ ਇਹ ਗਲਤ ਹੈ ਕਿਉਂਕਿ ਜਦੋਂ ਵੀ ਕੋਈ ਬਿਜ਼ਨਸ ਕਮਿਊਨਿਟੀ ਦੀ ਗੱਲ ਆਊਗੀ ਤਾਂ ਸੋਸ਼ਲਿਸਟ ਦੀ ਬਜਾਏ ਜ਼ਿਆਦਾ ਕੈਪੀਟਲਿਸਟ ਆਈਡੀਆ ਨੂੰ ਸਪੋਰਟ ਕਰੂ, ਜ਼ਿਆਦਾ ਪ੍ਰੋਫਿਟ ਮੇਕਿੰਗ ਆਈਡੀਆਜ਼ ਨੂੰ ਸਪੋਰਟ ਕਰੂ। ਸੋ ਇਹ ਜਿਹੜਾ ਬੰਬੇ ਮੈਨੀਫੈਸਟੋ ਸੀ ਇਹਨੂੰ ਬਿਜ਼ਨਸ ਕਮਿਊਨਿਟੀ ਦੀ ਜ਼ਿਆਦਾ ਸਪੋਰਟ ਨਹੀਂ ਮਿਲੀ ਸੀ। ਸੋ ਸਿਰਫ ਪਹਿਲੀ ਸਟੇਟਮੈਂਟ ਸਹੀ ਹੈ, ਰਾਈਟ ਆਨਸਰ ਇਜ਼ ਆਪਸ਼ਨ 1। ਨੈਕਸਟ ਇਜ਼ ਵਿਚ ਆਫ ਦ ਫੋਲੋਇੰਗ ਇਜ਼ ਕੈਰੇਕਟਰਿਸਟਿਕ ਆਫ ਸੋਸ਼ਲ ਪ੍ਰੋਬਲਮ। ਸੋ ਸੋਸ਼ਲ ਪ੍ਰੋਬਲਮ ਕਿਸ ਤਰ੍ਹਾਂ ਦੀ ਹੁੰਦੀ ਹੈ? ਜਦੋਂ ਕੋਈ ਵੀ ਸੋਸ਼ਲ ਪ੍ਰੋਬਲਮ ਹੋਊਗੀ ਤਾਂ ਉਹਦਾ ਅਸਰ ਜਿਹੜਾ ਸੋਸਾਇਟੀ ਹੈ ਕੋਈ ਵੀ ਉਹਦੇ ਜ਼ਿਆਦਾਤਰ ਸੈਕਸ਼ਨ ਉੱਤੇ ਪਊਗਾ। ਸੋ ਸੋਸ਼ਲ ਪ੍ਰੋਬਲਮ ਉਹਨੂੰ ਕਿਹਾ ਜਾਂਦਾ ਜਿਹੜੀ ਇੱਕ ਕਿਸੇ ਵੀ ਦੇਸ਼, ਕਿਸੇ ਵੀ ਪ੍ਰੋਪਰ ਸਟੇਟ ਦੀ ਗੱਲ ਕਰੀਏ, ਸ਼ਹਿਰ ਦੀ ਗੱਲ ਕਰੀਏ, ਜ਼ਿਆਦਾ ਨੰਬਰ ਆਫ ਪੀਪਲ ਨੂੰ ਅਫੈਕਟ ਕਰੇ। ਸੋ ਆਪਸ਼ਨ ਏ ਇਹਦਾ ਰਾਈਟ ਆਨਸਰ ਹੈ, ਇਟ ਅਫੈਕਟਸ ਔਨ ਅ ਲਾਰਜ ਸੈਕਸ਼ਨ ਆਫ ਸੋਸਾਇਟੀ। ਵਿਚ ਆਫ ਦ ਫੋਲੋਇੰਗ ਇਜ਼ ਨੋਟ ਸੋਰਸ ਆਫ ਸੋਸ਼ਲ ਪ੍ਰੋਬਲਮ। ਇਹਨਾਂ ਚਾਰਾਂ ਦੇ ਵਿੱਚੋਂ ਸੋਸ਼ਲ ਪ੍ਰੋਬਲਮ ਦਾ ਸੋਰਸ ਕਿਹੜਾ ਨਹੀਂ ਹੈ, ਕਾਰਨ ਨਹੀਂ ਹੈ ਜਿਹਦੇ ਕਰਕੇ ਸੋਸ਼ਲ ਪ੍ਰੋਬਲਮ ਹੁੰਦੀ ਹੈ? ਸੋ ਉਹ ਹੈ ਪਰਸਨਲ ਡਿਵੈਲਪਮੈਂਟ। ਜੇ ਕਿਸੇ ਦੀ ਪਰਸਨਲ ਡਿਵੈਲਪਮੈਂਟ ਹੋਊਗੀ ਤਾਂ ਉਹਦੇ ਨਾਲ ਤਾਂ ਸੋਸ਼ਲ ਪ੍ਰੋਬਲਮ ਦੂਰ ਹੋਊਗੀ। ਪਾਵਰਟੀ, ਅਨਇੰਪਲੋਇਮੈਂਟ ਜਿੰਨੀਆਂ ਵੀ ਪ੍ਰੋਬਲਮਸ ਨੇ ਇਹ ਦੂਰ ਹੁੰਦੀਆਂ ਨੇ ਜੇ ਆਪਾਂ ਆਪਣੀ ਖੁਦ ਦੀ ਪਰਸਨਲ ਡਿਵੈਲਪਮੈਂਟ ਕਰਦੇ ਹਾਂ। ਸੋ ਇਹ ਸੋਸ਼ਲ ਪ੍ਰੋਬਲਮ ਦਾ ਕਾਰਨ ਨਹੀਂ ਹੈ। ਆਪਸ਼ਨ ਸੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ। ਵਿਚ ਇਜ਼ ਦ ਸੋਸ਼ਲ ਕੌਜ਼ ਫੋਰ ਜੁਵੀਨਾਈਲ ਡਿਲਿੰਕੁਐਂਸੀ। ਜੁਵੀਨਾਈਲ ਦਾ ਮਤਲਬ ਹੁੰਦਾ ਹੈ ਜਦੋਂ ਕੋਈ 18 ਸਾਲ ਤੋਂ 16 ਸਾਲ ਤੋਂ ਜਿਹੜੇ ਛੋਟੇ ਬੱਚੇ ਨੇ ਜਿਨ੍ਹਾਂ ਨੂੰ ਆਪਾਂ ਮੇਜਰ ਕੈਟੇਗਰੀ 'ਚ ਨਹੀਂ ਲੈ ਕੇ ਆਉਂਦੇ, ਜਦੋਂ ਉਹ ਕੋਈ ਕ੍ਰਾਈਮ ਕਰਦੇ ਨੇ, ਕੋਈ ਅਪਰਾਧ ਕਰਦੇ ਨੇ, ਤੇ ਉਹਨਾਂ ਨੂੰ ਫਿਰ ਸਜ਼ਾ ਹੁੰਦੀ ਹੈ। ਵਟ ਇਜ਼ ਦ ਕੌਜ਼? ਜੁਵੀਨਾਈਲ ਜਦੋਂ ਕੋਈ ਅਪਰਾਧ ਕਰਦੇ ਨੇ, ਛੋਟੀ ਉਮਰ ਦੇ ਬੱਚੇ ਜਦੋਂ ਚੋਰੀਆਂ ਵਿੱਚ ਪੈ ਜਾਂਦੇ ਨੇ, ਸੋ ਉਹਨਾਂ ਦਾ ਮੇਨ ਕਾਰਨ ਕੀ ਬਣਦਾ? ਸੋ ਇਹ ਤਿੰਨੋਂ ਹੀ ਕਾਰਨ ਨੇ ਜੁਵੀਨਾਈਲ ਡਿਲਿੰਕੁਐਂਸੀ ਦੇ। ਰਾਈਟ ਆਨਸਰ ਇਜ਼ ਆਪਸ਼ਨ ਡੀ, ਆਲ ਆਫ ਦੀ ਅਬਵ। ਗਰੀਬੀ ਹੋ ਗਈ, ਬੈਗਰੀ, ਬ੍ਰੋਕਨ ਹੋਮ। ਨੈਕਸਟ ਇਜ਼ ਵਿਚ ਇਜ਼ ਦ ਕੌਜ਼ ਆਫ ਰੈਪਿਡ ਗਰੋਥ ਆਫ ਪਾਪੂਲੇਸ਼ਨ ਇਨ ਇੰਡੀਆ। ਸੋ ਭਾਰਤ ਦੇ ਵਿੱਚ ਜਿਹੜੀ ਇੰਨੀ ਪਾਪੂਲੇਸ਼ਨ ਵੱਧ ਰਹੀ ਹੈ ਉਹਦਾ ਮੇਨ ਕਾਰਨ ਕੀ ਹੈ? ਸੋ ਉਹਦੇ ਇਹ ਤਿੰਨੋਂ ਕਾਰਨ ਨੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਡੀ, ਆਲ ਆਫ ਦੀ ਅਬਵ। ਪੀਸਫੁਲ ਕੰਡੀਸ਼ਨਸ, ਐਕਸੈਸ ਬਰਥ ਓਵਰ ਡੈਥ, ਪ੍ਰੋਗਰੈਸ ਇਨ ਮੈਡੀਕਲ ਫੈਸਿਲਿਟੀਜ਼। ਨੈਕਸਟ ਇਜ਼ ਵਿਚ ਇਜ਼ ਦ ਇਫੈਕਟ ਆਫ ਓਵਰ ਪਾਪੂਲੇਸ਼ਨ। ਜੇ ਪਾਪੂਲੇਸ਼ਨ ਜ਼ਿਆਦਾ ਹੋਊਗੀ, ਓਵਰ ਪਾਪੂਲੇਸ਼ਨ ਹੋਊਗੀ, ਉਹਦਾ ਕਿਸ ਕਿਸ ਚੀਜ਼ ਉੱਤੇ ਅਸਰ ਪਊਗਾ, ਉਹਦਾ ਇਫੈਕਟ ਕੀ ਰਹੂਗਾ? ਸੋ ਇੱਕ ਤਾਂ ਉਹਦੇ ਨਾਲ ਪਾਵਰਟੀ, ਦੂਜਾ ਪਰ ਕੈਪੀਟਾ ਇਨਕਮ ਘੱਟ ਜੂਗੀ, ਜਿੰਨੇ ਜ਼ਿਆਦਾ ਲੋਕ ਹੋਣਗੇ ਖਾਣ ਵਾਲੇ ਲੋਕ ਜ਼ਿਆਦਾ ਹੋ ਜਾਣਗੇ, ਸੋ ਉਹਦੇ ਉੱਤੇ ਜਿਹੜੀ ਪੂਰੀ ਇਕੋਨਮੀ ਹੈ ਉਹਦਾ ਵੀ ਅਸਰ ਪੈਂਦਾ। ਸ਼ੋਰਟੇਜ ਆਫ ਫੂਡ, ਫੂਡ ਦੀ ਬਹੁਤ ਜ਼ਿਆਦਾ ਕਮੀ ਆਉਂਦੀ ਹੈ। ਸੋ ਓਵਰ ਪਾਪੂਲੇਸ਼ਨ ਦੇ ਇਹ ਤਿੰਨ ਚਾਰ ਮੇਨ ਇਫੈਕਟਸ ਨੇ। ਸੋ ਰਾਈਟ ਆਨਸਰ ਅਗੇਨ ਇਜ਼ ਆਪਸ਼ਨ ਡੀ, ਆਲ ਆਫ ਦੀ ਅਬਵ। ਪਾਵਰਟੀ ਕੀ ਹੈ, ਗਰੀਬੀ ਕੀ ਹੈ? ਸੋ ਸਭ ਤੋਂ ਪਹਿਲਾਂ ਤਾਂ ਗਰੀਬੀ ਇੱਕ ਸੋਸ਼ਲ ਪ੍ਰੋਬਲਮ ਹੈ, ਉਸ ਤੋਂ ਬਾਅਦ ਇਹਦੇ ਕਰਕੇ, ਗਰੀਬੀ ਇੱਕ ਸੋਸ਼ਲ ਪ੍ਰੋਬਲਮ ਹੈ, ਉਹਦੇ ਕਰਕੇ ਇਹ ਇਕਨੋਮਿਕ ਪ੍ਰੋਬਲਮ ਬਣਦੀ ਹੈ, ਪੋਲੀਟੀਕਲ ਪ੍ਰੋਬਲਮ ਬਣਦੀ ਹੈ, ਰਿਲੀਜੀਅਸ ਪ੍ਰੋਬਲਮ ਬਣਦੀ ਹੈ। ਸੋ ਮੇਨ ਜਦੋਂ ਆਪਾਂ ਨੇ ਇਹਨੂੰ ਡਿਫਾਈਨ ਕਰਨਾ ਹੈ ਤਾਂ ਇਹਨੂੰ ਆਪਾਂ ਨੇ ਸੋਸ਼ਲ ਪ੍ਰੋਬਲਮ ਕੈਟੇਗਰੀ ਦੇ ਅੰਦਰ ਰੱਖਣਾ। IRDP, ਵੈਰੀ ਵੈਰੀ ਇੰਪੋਰਟੈਂਟ ਪ੍ਰੋਗਰਾਮ, ਇਹਦੀ ਫੁੱਲ ਫਾਰਮ ਕੀ ਹੈ? ਸੋ IRDP ਦੀ ਫੁੱਲ ਫਾਰਮ ਹੈ ਇੰਟੀਗ੍ਰੇਟਿਡ ਰੂਰਲ ਡਿਵੈਲਪਮੈਂਟ ਪ੍ਰੋਗਰਾਮ। ਇਹਨਾਂ ਚਾਰ ਆਪਸ਼ਨਸ ਦੇ ਵਿੱਚੋਂ ਅਨਇੰਪਲੋਇਮੈਂਟ, ਬੇਰੁਜ਼ਗਾਰੀ ਦੀ ਕਿਹੜੀ ਕਿਸਮ ਨਹੀਂ ਹੈ, ਟਾਈਪ ਨਹੀਂ ਹੈ? ਸੋ ਉਹ ਹੈ ਪੋਲੀਟੀਕਲ ਅਨਇੰਪਲੋਇਮੈਂਟ, ਆਪਸ਼ਨ ਡੀ। ਬਾਕੀ ਸੀਜ਼ਨਲ, ਐਗਰੀਕਲਚਰਲ, ਸਾਈਕਲਿਕ, ਦੀਸ ਆਲ ਆਰ ਵੇਰੀਅਸ ਟਾਈਪਸ ਆਫ ਅਨਇੰਪਲੋਇਮੈਂਟ। ਨੈਕਸਟ ਇਜ਼ ਪਰਸਨਲ ਫੈਕਟਰ ਕਿਹੜੇ ਨੇ ਜਿਨ੍ਹਾਂ ਕਰਕੇ ਬੇਰੁਜ਼ਗਾਰੀ ਹੁੰਦੀ ਹੈ? ਸਭ ਤੋਂ ਵੱਡਾ ਫੈਕਟਰ ਹੈ ਏਜ ਫੈਕਟਰ, ਐਗਜ਼ਾਮ ਲੇਟ ਹੋ ਜਾਂਦੇ ਨੇ, ਏਜ ਨਿਕਲ ਜਾਂਦੀ ਹੈ, ਵੋਕੇਸ਼ਨਲ ਅਨਫਿਟਨੈਸ, ਦੈਨ ਇਲਨੈਸ ਜਾਂ ਫਿਰ ਕੋਈ ਫਿਜ਼ੀਕਲ ਡਿਸੇਬਿਲਿਟੀ। ਸੋ ਇਹ ਤਿੰਨ ਮੇਨ ਪਰਸਨਲ ਫੈਕਟਰ ਨੇ ਜਿਨ੍ਹਾਂ ਕਰਕੇ ਬੇਰੁਜ਼ਗਾਰੀ ਹੁੰਦੀ ਹੈ। ਸੋ ਰਾਈਟ ਆਨਸਰ ਹੇਅਰ ਇਜ਼ ਆਪਸ਼ਨ। ਨੈਕਸਟ ਇਜ਼ ਇਨ ਵਿਚ ਈਅਰ ਵਾਸ ਦ ਨੈਸ਼ਨਲ ਐਡਲਟ ਐਜੂਕੇਸ਼ਨ ਪ੍ਰੋਗਰਾਮ ਲਾਂਚਡ। ਸੋ ਨੈਸ਼ਨਲ ਐਡਲਟ ਐਜੂਕੇਸ਼ਨ ਪ੍ਰੋਗਰਾਮ ਲਾਂਚ ਕੀਤਾ ਗਿਆ 1 ਅਕਤੂਬਰ 1978 ਨੂੰ। ਕਿਹੜੀ ਸਟੇਟ ਜਾਂ ਯੂਟੀ ਨੇ ਲਾਂਚ ਕੀਤੀ ਸੀ ਹਰੀਹਰ ਪਾਲਿਸੀ, ਜਿਹਦੇ ਅੰਦਰ ਅਬੈਂਡਨ ਚਿਲਡਰਨ ਦੀ ਰੀਹੈਬਲੀਟੇਸ਼ਨ ਦਾ ਮੇਨ ਜਿਹੜਾ ਇਸ਼ੂ ਹੈ ਉਹਨੂੰ ਕਵਰਅਪ ਕੀਤਾ ਗਿਆ? ਸੋ ਇਹ ਜਿਹੜੀ ਪਾਲਿਸੀ ਹੈ ਇਹ ਹੈ ਹਰਿਆਣਾ ਦੀ, ਆਪਸ਼ਨ ਸੀ। ਇਹ ਕਰੰਟ ਅਫੇਅਰ ਦਾ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ। ਨਿਧੀ ਫੋਰ ਕੋਵਿਡ 2.0 ਕਿਹੜੀ ਮਿਨਿਸਟਰੀ ਨੇ ਸੈਟਅਪ ਕੀਤੀ? ਸੋ ਦਿਸ ਵਾਜ ਸੈਟਅਪ ਬਾਏ ਮਿਨਿਸਟਰੀ ਆਫ ਸਾਇੰਸ ਐਂਡ ਟੈਕਨੋਲੋਜੀ। ਨੈਕਸਟ ਇਜ਼ ਕਿਹੜੀ ਯੂਨੀਅਨ ਮਿਨਿਸਟਰੀ ਨੇ ਰਿਲੀਜ਼ ਕੀਤਾ ਇੱਕ ਮਾਡਲ ਸਿਟੀਜ਼ਨ ਚਾਰਟਰ, ਜਿਹਦੇ ਅੰਦਰ ਜੋ ਵੀ ਕੰਮ ਕੀਤੇ ਜਾਣਗੇ, ਐਕਸ਼ਨ ਲਏ ਜਾਣਗੇ, ਉਹ ਇੰਟਰਨੈਸ਼ਨਲ ਲੈਵਲ 'ਤੇ ਜਿਹੜੇ ਸਸਟੇਨੇਬਲ ਡਿਵੈਲਪਮੈਂਟ ਗੋਲਸ ਨੇ
ਉਹਨਾਂ ਦੇ ਨਾਲ ਮਿਲ ਕੇ ਲਏ ਜਾਣਗੇ, ਉਹਨਾਂ ਦੇ ਅਕੋਰਡਿੰਗ ਤਿਆਰ ਕੀਤੇ ਜਾਣਗੇ। ਸੋ ਉਹ ਹੈ ਆਪਸ਼ਨ ਸੀ, ਮਿਨਿਸਟਰੀ ਆਫ ਪੰਚਾਇਤੀ ਰਾਜ। ਨੈਕਸਟ ਇਜ਼ ਵੈਰੀ ਇੰਪੋਰਟੈਂਟ, ਇੱਕ ਯੂਨੀਅਨ ਮਿਨਿਸਟਰੀ ਹੈ ਜਿਹੜੀ ਸਪੈਸ਼ਲੀ ਏਬਲਡ ਚਿਲਡਰਨ ਦੇ ਲਈ ਆਨਲਾਈਨ ਉਹਨਾਂ ਦੀ ਹੈਲਪ ਕਰਨ ਦੇ ਲਈ ਈ ਕੰਟੈਂਟ ਰਿਲੀਜ਼ ਕਰ ਰਹੀ ਹੈ। ਸੋ ਇਹ ਹੈ ਮਿਨਿਸਟਰੀ ਆਫ ਐਜੂਕੇਸ਼ਨ। ਐਕਸ਼ਨ ਪਲਾਨ ਟੂ ਪ੍ਰੋਟੈਕਟ ਹੈਰੀਟੇਜ ਟਰੀਜ਼ ਐਂਡ ਟ੍ਰੀ ਅਥਾਰਿਟੀ ਭਾਰਤ ਦੀ ਕਿਹੜੀ ਸਟੇਟ ਦੇ ਇੰਪੋਰਟੈਂਟ ਇਨੀਸ਼ੀਏਟਿਵਸ ਨੇ? ਸੋ ਇਹ ਇਨਵਾਇਰਮੈਂਟ ਨਾਲ ਰਿਲੇਟਡ ਇਨੀਸ਼ੀਏਟਿਵ ਲਿਆ ਮਹਾਰਾਸ਼ਟਰਾ ਸਟੇਟ ਨੇ। ਨੈਕਸਟ ਇਜ਼ ਵੈਰੀ ਇੰਪੋਰਟੈਂਟ ਬਟ ਬੇਸਿਕ ਕੁਐਸਚਨ, ਇਕਨੋਮਿਕ ਡਿਵੈਲਪਮੈਂਟ ਦਾ ਕੀ ਮਤਲਬ ਹੈ? ਇਕਨੋਮਿਕ ਡਿਵੈਲਪਮੈਂਟ ਦੀ ਜਿਹੜੀ ਡੈਫੀਨੇਸ਼ਨ ਹੈ ਐਗਜ਼ਾਮ ਦੇ ਲਈ, ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਕਾਫੀ ਵਾਰੀ ਸਟੂਡੈਂਟਸ ਇਕਨੋਮਿਕ ਗਰੋਥ, ਇਕਨੋਮਿਕ ਡਿਵੈਲਪਮੈਂਟ, ਇਹ ਦੋ ਟਰਮਸ ਦੇ ਵਿੱਚ ਕਨਫਿਊਜ਼ ਹੁੰਦੇ ਹਨ। ਸੋ ਇਕਨੋਮਿਕ ਡਿਵੈਲਪਮੈਂਟ ਦਾ ਮਤਲਬ ਹੈ ਗਰੋਥ, ਤੇ ਨਾਲ ਹੀ ਜਿਹੜੀ ਇਕਾਨਮੀ ਦੇ ਅੰਦਰ ਗਰੋਥ ਹੋ ਰਹੀ ਹੈ ਉਹਦਾ ਆਪਾਂ ਨੂੰ ਰਿਜ਼ਲਟ ਕਿੰਨਾ ਸਾਹਮਣੇ ਦੇਖਣ ਨੂੰ ਮਿਲ ਰਿਹਾ, ਉਹਦੀ ਆਊਟਪੁੱਟ ਕੀ ਹੈ ਇਕਾਨਮੀ ਦੇ ਵਿੱਚ, ਦੇਸ਼ ਦੀ ਆਰਥਿਕ ਹਾਲਤ ਦੇ ਵਿੱਚ, ਓਵਰਆਲ ਇਕਨੋਮਿਕ ਸਟਰਕਚਰ ਦੇ ਵਿੱਚ ਕੀ ਬਦਲਾਵ ਆ ਰਿਹਾ। ਸੋ ਉਹ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਆਪਾਂ ਇਕਨੋਮਿਕ ਡਿਵੈਲਪਮੈਂਟ ਕੈਲਕੂਲੇਟ ਕਰਦੇ ਹਾਂ। ਸੋ ਇਟ ਇਜ਼ ਇਕਨੋਮਿਕ ਗਰੋਥ ਪਲੱਸ ਚੇਂਜਿਸ ਇਨ ਆਊਟਪੁੱਟ ਡਿਸਟ੍ਰੀਬਿਊਸ਼ਨ ਐਂਡ ਇਕਨੋਮਿਕ ਸਟਰਕਚਰ। ਨੈਕਸਟ ਇਜ਼ ਓਪੈਕ ਕੀ ਹੈ? ਓਪੈਕ ਦੀ ਫੁੱਲ ਫਾਰਮ ਹੈ ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਕੰਟਰੀ, ਆਪਸ਼ਨ ਏ। ਨੈਕਸਟ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ, ਪੀ ਪੀ ਪੀ, ਇਹਦੀ ਫੁੱਲ ਫਾਰਮ ਪਰਚੇਜ਼ਿੰਗ ਪਾਵਰ ਪੈਰਿਟੀ, ਇਹਦਾ ਮਤਲਬ। ਪੀ 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 ਇੱਕ ਇਹੋ ਜਿਹੀ ਥਿਊਰੀ ਹੈ ਜਿਹੜੀ ਇਹ ਦੱਸਦੀ ਹੈ ਵੀ ਇੱਕ ਪੁਆਇੰਟ ਆਫ ਟਾਈਮ ਤੇ ਦੋ ਦੇਸ਼ਾਂ ਦੇ ਵਿਚਕਾਰ ਜਿਹੜੇ ਐਕਸਚੇਂਜ ਰੇਟ ਨੇ ਕਰੰਸੀਜ਼ ਦੇ ਅਕੋਰਡਿੰਗ, ਜਿਹੜੇ ਆਪਾਂ ਕੈਲਕੂਲੇਟ ਕਰਦੇ ਹਾਂ ਉਹਨਾਂ ਦੇ ਅਕੋਰਡਿੰਗ, ਦੋ ਦੇਸ਼ਾਂ ਦੀ ਕਰੰਸੀ ਦੇ ਹਿਸਾਬ ਦੇ ਨਾਲ ਉਹ ਦੇਸ਼ ਕਿਸ ਪੋਜੀਸ਼ਨ ਉੱਤੇ ਖੜੇ ਨੇ, ਕਿਹੜੇ ਦੇਸ਼ ਦੀ ਕਰੰਸੀ ਸਟਰੋਂਗ ਹੈ, ਕਿਹਦੀ ਵੀਕ ਹੈ, ਜਦੋਂ ਆਪਾਂ ਇਸ ਆਧਾਰ ਉੱਤੇ ਕਿਸੇ ਨੂੰ ਕੋਈ ਰੈਂਕ ਦਿੰਦੇ ਹਾਂ ਉਹਦੇ ਅਕੋਰਡਿੰਗ ਫਿਰ ਆਪਾਂ ਪਰਚੇਜ਼ਿੰਗ ਪਾਵਰ ਪੈਰਿਟੀ ਕਰਦੇ ਹਾਂ। ਸੋ ਇੱਕ ਇਹੋ ਜਿਹੀ ਥਿਊਰੀ ਹੈ ਦੈਟ ਟੈਲਸ ਅਸ ਦੈਟ ਐਕਸਚੇਂਜ ਰੇਟ ਬਿਟਵੀਨ ਕੰਟਰੀਜ਼ ਆਰ ਇਨ ਇਕੁਲੀਬ੍ਰੀਅਮ ਵੈਨ ਦੇਅਰ ਪਰਚੇਜ਼ਿੰਗ ਪਾਵਰ ਇਜ਼ ਦਾ ਸੇਮ ਇਨ ਬੋਥ ਕੰਟਰੀ। ਸੋ ਜਦੋਂ ਉਹਨਾਂ ਦੀ ਪਰਚੇਜ਼ਿੰਗ ਪਾਵਰ ਦੋਨੋਂ ਦੇਸ਼ਾਂ ਦੇ ਵਿਚਕਾਰ, ਜਿਹੜੇ ਦੋ ਦੇਸ਼ਾਂ ਦਾ ਆਪਾਂ ਕੰਪੇਅਰ ਕਰ ਰਹੇ ਐਕਸਚੇਂਜ ਰੇਟ ਕਰੰਸੀਜ਼ ਦਾ, ਉਹ ਬਿਲਕੁਲ ਸੇਮ ਹੋਵੇ, ਤਾਂ ਉੱਥੇ ਜਦੋਂ ਇਕੁਲੀਬ੍ਰੀਅਮ ਆ ਜਾਂਦਾ ਉਹਨਾਂ ਦੀ ਪਰਚੇਜ਼ਿੰਗ ਪਾਵਰ ਦੇ ਵਿੱਚ, ਕਰੰਸੀਜ਼ ਨੂੰ ਆਪਾਂ ਇਕੁਏਟ ਕਰ ਸਕਦੇ ਹਾਂ, ਬਰਾਬਰ 'ਤੇ ਰੱਖ ਸਕਦੇ ਹਾਂ। ਸੋ ਉਹ ਜਿਹੜੀ ਇੱਕ ਪੂਰੀ ਥਿਊਰੀ ਹੈ ਕੈਲਕੂਲੇਟ ਕਰਨ ਦੇ ਲਈ ਕਿ ਕਿਹੜੇ ਦੇਸ਼ ਦੀ ਕਰੰਸੀ ਕਿੰਨੀ ਉੱਪਰ ਹੈ, ਕਿੰਨੀ ਨੀਚੇ ਹੈ, ਜਾਂ ਫਿਰ ਪਰਚੇਜ਼ਿੰਗ ਪਾਵਰ ਸੇਮ ਹੈ, ਸੋ ਉਹਨੂੰ ਆਪਾਂ ਕਹਿੰਦੇ ਹਾਂ ਟ੍ਰਿਪਲ ਪੀ। ਨੈਕਸਟ ਇਜ਼ ਦਾ ਐਸੇ ਔਨ ਦਾ ਪ੍ਰਿੰਸੀਪਲ ਆਫ ਪਾਪੂਲੇਸ਼ਨ, ਇਹਨੂੰ ਕਿਹਨੇ ਲਿਖਿਆ? ਸੋ ਇਹ ਬਹੁਤ ਇੰਪੋਰਟੈਂਟ ਬੁੱਕ ਹੈ, ਇਹਨੂੰ ਲਿਖਿਆ ਥੋਮਸ ਰੋਬਰਟ ਮਾਲਥੂਸ ਨੇ, ਆਪਸ਼ਨ ਬੀ। ਮਾਲਥੂਸ ਦੀ ਥਿਊਰੀ ਜਿਹੜੀ ਪਾਪੂਲੇਸ਼ਨ ਦੇ ਉੱਤੇ ਆਧਾਰ ਹੈ ਉਹ ਕੀ ਕਹਿੰਦੀ ਹੈ? ਸੋ ਮਾਲਥੂਸ ਥਿਊਰੀ ਵਾਸ ਦੈਟ ਜਿਹੜੀ ਪਾਪੂਲੇਸ਼ਨ ਹੈ ਉਹ ਜਿਓਮੈਟ੍ਰੀਕਲੀ ਇਨਕਰੀਜ਼ ਹੁੰਦੀ ਹੈ, ਫੂਡ ਸਪਲਾਈ ਦੇ ਉੱਤੇ ਹਾਵੀ ਹੋ ਜਾਂਦੀ ਹੈ, ਆਊਟਸਟ੍ਰਿਪ ਕਰਦੀ ਹੈ, ਤੇ ਜਿਹੜੀ ਅਰਥਮੈਟਿਕਲੀ ਗਰੋ ਕਰਦੀ ਹੈ। ਸੋ ਆਪਸ਼ਨ ਬੀ ਇਹਦਾ ਰਾਈਟ ਆਂਸਰ ਹੈ। ਤੁਸੀਂ ਐਗਜ਼ਾਮ ਦੇ ਲਈ ਇਹ ਬੁੱਕ ਕਿਹਨੇ ਲਿਖੀ ਹੈ, ਨਾਲ ਹੀ ਇਹ ਥਿਊਰੀ ਦਾ ਬੇਸਿਕ ਇਹਦੇ ਵਿੱਚ ਪਾਪੂਲੇਸ਼ਨ ਨੂੰ ਲੈ ਕੇ ਕੀ ਆਬਜ਼ਰਵੇਸ਼ਨ ਰਹੀ ਹੈ, ਇਹ ਦੋ ਚੀਜ਼ਾਂ ਜ਼ਰੂਰ ਯਾਦ ਕਰਨੀਆਂ ਨੇ। ਐਚ ਵਾਈ ਵੀ ਹਾਈ ਯੀਲਡ ਵਰਾਇਟੀ ਦੀ ਡਿਵੈਲਪਮੈਂਟ ਹੋਈ ਵੀਟ ਤੇ ਰਾਈਸ ਦੀ, ਜਿਹੜੀ ਡਿਵੈਲਪਮੈਂਟ ਕੀਤੀ ਗਈ ਇਹਦੇ ਲਈ ਇੱਕ ਰੈਵੋਲਿਊਸ਼ਨ ਆਇਆ, ਉਹਦਾ ਨਾਮ ਸੀ ਗ੍ਰੀਨ ਰੈਵੋਲਿਊਸ਼ਨ, ਆਪਸ਼ਨ ਸੀ। ਰਿਜ਼ਰਵ ਬੈਂਕ ਆਫ ਇੰਡੀਆ ਤੇ ਜਿਹੜੇ ਫੈਡਰਲ ਰਿਜ਼ਰਵ ਹੈ ਇਹ ਕੀ ਨੇ? ਸੋ ਇਹ ਨੇ ਸੈਂਟਰਲ ਬੈਂਕਸ, ਆਪਸ਼ਨ ਏ ਇਹਦਾ ਰਾਈਟ ਆਂਸਰ ਹੈ। ਜੇ ਹਾਈ ਇਨਕਮ ਵਾਲੇ ਲੋਕਾਂ ਨੂੰ ਜ਼ਿਆਦਾ ਇਨਕਮ ਟੈਕਸ ਪੇ ਕਰਨਾ ਪਵੇ ਤਾਂ ਉਸ ਤਰ੍ਹਾਂ ਦੇ ਇਨਕਮ ਟੈਕਸ ਸਟਰਕਚਰ ਨੂੰ ਕੀ ਕਿਹਾ ਜਾਂਦਾ ਹੈ? ਸੋ ਜਦੋਂ ਜ਼ਿਆਦਾ ਇਨਕਮ ਵਾਲੇ ਜ਼ਿਆਦਾ ਇਨਕਮ ਟੈਕਸ ਭਰਦੇ ਨੇ ਉਹਨੂੰ ਕਿਹਾ ਜਾਂਦਾ ਹੈ ਪ੍ਰੋਗਰੈਸਿਵ ਨੇਚਰ ਦਾ ਇਨਕਮ ਟੈਕਸ ਸਟਰਕਚਰ, ਆਪਸ਼ਨ ਏ। ਜਦੋਂ ਫਾਈਨੈਂਸ਼ੀਅਲ ਸਿਸਟਮ ਹੈ ਜਿਹੜਾ ਉਹਦੇ ਵਿੱਚ ਜੱਜਮੈਂਟ ਕਿ ਕਿਸ ਤਰ੍ਹਾਂ ਦੀ ਇਨਵੈਸਟਮੈਂਟ ਕਰਨੀ ਚਾਹੀਦੀ ਹੈ, ਇਹ ਜੱਜਮੈਂਟਸ ਦੀ ਕਮੀ ਆਉਣ ਲੱਗ ਜੇ, ਇਸ ਤਰੀਕੇ ਦਾ ਸਿਸਟਮ ਆ ਜਾਵੇ ਦੇਸ਼ ਦੇ ਅੰਦਰ ਜਾਂ ਕਿਸੇ ਵੀ ਸੋਸਾਇਟੀ ਦੇ ਵਿੱਚ, ਦੈਟ ਲੈਕਸ ਦ ਕੇਪੇਬਿਲਿਟੀ ਆਫ ਮੇਕਿੰਗ ਜੱਜਮੈਂਟ ਅਬਾਊਟ ਇਨਵੈਸਟਮੈਂਟ ਅਪੋਰਚੁਨਿਟੀ ਡਿਊ ਟੂ ਇਸ ਮੈਟ੍ਰਿਕ ਇਨਫੋਰਮੇਸ਼ਨ ਕਰਕੇ ਸਹੀ ਜਾਣਕਾਰੀ ਨਹੀਂ ਮਿਲ ਪਾ ਰਹੀ, ਜ਼ਿਆਦਾ ਕ੍ਰੈਡਿਟ ਰਿਸਕ ਹੋ ਰਹੇ ਨੇ। ਸੋ ਇਸ ਸਿਚੁਏਸ਼ਨ ਨੂੰ ਕਿਹਾ ਜਾਂਦਾ ਹੈ ਐਡਵਰਸ ਸਿਲੈਕਸ਼ਨ, ਆਪਸ਼ਨ ਏ। ਆਈਡੈਂਟੀਫਾਈ ਦ ਮਾਡਲ, ਜਿਹੜੇ ਮਾਡਲ ਨੂੰ ਗੋਲਡਨ ਏਜ ਇਕੁਲੀਬ੍ਰੀਅਮ ਦੇ ਨਾਲ ਕੰਸਰਨ ਕਰਵਾ ਕੇ ਪੜ੍ਹਿਆ ਜਾਂਦਾ ਹੈ, ਸੋ ਉਹ ਮਾਡਲ ਹੈ ਜੋਨ ਰੋਬਿਨਸਨ ਮਾਡਲ, ਆਪਸ਼ਨ ਬੀ। ਸੋ ਤੁਸੀਂ ਯਾਦ ਰੱਖਣਾ ਹੈ ਗੋਲਡਨ ਏਜ ਇਕੁਲੀਬ੍ਰੀਅਮ, ਇਹ ਮਾਡਲ ਹੈ ਜੇ ਆਰ ਮਾਡਲ।
ਇੰਡੀਆ ਦਾ ਜਿਹੜਾ ਪਹਿਲਾ 5 ਈਅਰ 5 ਸਾਲਾ ਪਲਾਨ ਸੀ ਜਿਹਨੂੰ ਪਲੈਨਿੰਗ ਕਮਿਸ਼ਨ ਨੇ ਤਿਆਰ ਕੀਤਾ ਸੀ ਇਹ ਕਿਹੜੇ ਮਾਡਲ ਦੇ ਉੱਤੇ ਬੇਸ ਸੀ ਸੋ ਇਹਦੇ ਲਈ ਮਾਡਲ ਸੀ ਹੈਰੋਡ ਦੋਮਰ ਮਾਡਲ ਆਪਸ਼ਨ ਸੀ ਵਿਚ ਆਫ ਦ ਫੋਲੋਇੰਗ ਇਜ਼ ਨਾਟ ਪਾਰਟ ਆਫ ਜਦੋਂ ਵੀ ਆਪਾਂ ਹਿਊਮਨ ਡਿਵੈਲਪਮੈਂਟ ਇੰਡੈਕਸ ਕੈਲਕੂਲੇਟ ਕਰਦੇ ਹਾਂ ਤਾਂ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ ਚੀਜ਼ ਆਪਾਂ ਕੈਲਕੂਲੇਟ ਨਹੀਂ ਕਰਦੇ ਉਹ ਹੈ ਇਨਫੈਂਟ ਮੋਰਟੈਲਿਟੀ ਆਪਸ਼ਨ ਏ ਐਨ ਅੰਡਰ ਡਿਵੈਲਪਡ ਇਕੋਨਮੀ ਇਜ਼ ਕਰੈਕਟਰਿਜ਼ ਬਾਏ ਜਿਹੜੀ ਵੀ ਇਕਨੋਮਿਕ ਚਾਹੇ ਕੋਈ ਦੇਸ਼ ਦੀ ਗੱਲ ਕਰ ਰਿਹਾ ਕਿਸੇ ਸਟੇਟ ਦੀ ਗੱਲ ਕਰ ਰਿਹਾ ਅੰਡਰ ਡਿਵੈਲਪਡ ਹੈ ਹਜੇ ਉਹਦੀ ਡਿਵੈਲਪਮੈਂਟ ਨਹੀਂ ਹੋਈ ਮੇਨ ਕਿਸ ਚੀਜ਼ ਤੋਂ ਆਪਾਂ ਦੇਖਾਂਗੇ ਕਰੈਕਟਰਾਈਜ਼ ਕਰਾਂਗੇ ਕਿ ਕੋਈ ਇਕਨੋਮੀ ਅੰਡਰ ਡਿਵੈਲਪਡ ਹੈ ਸੋ ਉੱਥੋਂ ਦੇ ਜ਼ਿਆਦਾਤਰ ਪਾਪੂਲੇਸ਼ਨ ਦੀ ਹਾਲਤ ਕੀ ਹੈ ਉਹਦੇ ਤੋਂ ਪਤਾ ਚੱਲ ਜੂ ਕਿ ਕੋਈ ਇਕਨੋਮੀ ਡਿਵੈਲਪਡ ਹੈ ਜਾਂ ਫਿਰ ਅੰਡਰ ਡਿਵੈਲਪਡ ਹੈ ਸੋ ਇਟ ਇਜ਼ ਕਰੈਕਟਰਾਈਜ਼ ਬਾਏ ਆਪਸ਼ਨ ਸੀ ਸਟੇਟ ਆਫ ਡੈਪਰੀਵੇਸ਼ਨ ਆਫ ਲਾਰਜ ਪ੍ਰਪੋਰਸ਼ਨ ਆਫ ਪਾਪੂਲੇਸ਼ਨ ਕਿ ਕਿਸੇ ਇਕਨੋਮੀ ਦੀ ਜ਼ਿਆਦਾਤਰ ਪਾਪੂਲੇਸ਼ਨ ਕਿਸ ਚੀਜ਼ ਤੋਂ ਵਾਂਝੀ ਰਹਿ ਰਹੀ ਹੈ ਉਹਨੂੰ ਕਿਹੜੀਆਂ ਕਿਹੜੀਆਂ ਬੇਸਿਕ ਸਹੂਲਤਾਂ ਨਹੀਂ ਮਿਲ ਰਹੀਆਂ ਸਟੇਟ ਆਫ ਡੈਪਰੀਵੇਸ਼ਨ ਕੀ ਹੈ ਸਕੈਰਸਿਟੀ ਆਫ ਕੈਪੀਟਲ ਟੈਕਨੋਲੋਜੀਕਲ ਬੈਕਵਰਡਨੈਸ ਅਨਇੰਪਲੋਇਮੈਂਟ ਕਿੱਥੇ ਇਹ ਚੀਜ਼ਾਂ ਆਮ ਤੌਰ 'ਤੇ ਦੇਖਣ ਨੂੰ ਮਿਲਦੀਆਂ ਨੇ ਸੋ ਇਹ ਚੀਜ਼ਾਂ ਇੱਕ ਅੰਡਰ ਡਿਵੈਲਪਡ ਕੰਟਰੀ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਆਪਸ਼ਨ ਬੀ ਇਜ਼ ਦ ਰਾਈਟ ਆਨਸਰ ਵਿਚ ਆਫ ਦ ਫੋਲੋਇੰਗ ਡਿਨੋਟਸ ਐਨ ਅੰਡਰ ਡਿਵੈਲਪਡ ਇਕੋਨਮੀ ਸੋ ਜ਼ਿਆਦਾਤਰ ਉੱਥੇ ਭੇਦਭਾਵ ਹੋਊਗਾ ਇਨਇਕੁਐਲਿਟੀ ਹੋਊਗੀ ਕੈਪੀਟਲ ਪ੍ਰੋਡਕਟੀਵਿਟੀ ਬਹੁਤ ਘੱਟ ਹੋਊਗੀ ਇੱਕ ਰਿਲੇਟਿਵਲੀ ਕਲੋਜ਼ਡ ਇਕੋਨਮੀ ਹੋਊਗੀ ਫੋਰਨ ਦੇ ਨਾਲ ਉਹਦਾ ਐਕਸਪੋਰਟ ਇੰਪੋਰਟ ਗਲੋਬਲਾਈਜੇਸ਼ਨ ਇਹ ਸਾਰੀਆਂ ਚੀਜ਼ਾਂ ਘੱਟ ਰਹਿਣਗੀਆਂ ਸੋ ਆਪਸ਼ਨ ਡੀ ਇਜ਼ ਦ ਰਾਈਟ ਆਨਸਰ ਇੱਕ ਅੰਡਰ ਡਿਵੈਲਪਡ ਇਕੋਨਮੀ ਦੇ ਵਿੱਚ ਇਹ ਆਮ ਤੌਰ 'ਤੇ ਤਿੰਨੋਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਹਾਊ ਮੈਨੀ ਸਟੇਟਸ ਆਰ ਕਵਰਡ ਇਨ ਦ ਸੈਕਿੰਡ ਫੇਜ਼ ਆਫ ਗ੍ਰੀਨ ਐਨਰਜੀ ਕੋਰੀਡੋਰ ਸਿਸਟਮ ਗ੍ਰੀਨ ਐਨਰਜੀ ਕੋਰੀਡੋਰ ਸਿਸਟਮ ਦੇ ਦੂਜੇ ਫੇਜ਼ ਦੇ ਅੰਦਰ 7 ਸਟੇਟਸ ਨੂੰ ਕਵਰ ਕੀਤਾ ਗਿਆ ਆਪਸ਼ਨ ਸੀ ਇਹਦਾ ਰਾਈਟ ਆਨਸਰ ਹੈ ਯੂਨੀਅਨ ਮਿਨਿਸਟਰੀ ਨੇ RATPFI ਦੀਆਂ ਗਾਈਡਲਾਈਨਸ ਨੂੰ ਰਿਵਾਈਜ਼ ਕਰਕੇ ਰਿਲੀਜ਼ ਕੀਤਾ ਜਿਹੜੀ ਇਹ ਗਾਈਡਲਾਈਨਸ ਨੇ ਕਿਹੜੀ ਮਿਨਿਸਟਰੀ ਦੇ ਅੰਦਰ ਆਉਂਦੀਆਂ ਸੋ ਉਹ ਹੈ ਮਿਨਿਸਟਰੀ ਆਫ ਪੰਚਾਇਤੀ ਰਾਜ ਤੇ ਇਹ ਗਾਈਡਲਾਈਨਸ ਨੇ ਰੂਰਲ ਏਰੀਆ ਡਿਵੈਲਪਮੈਂਟ ਪਲਾਨ ਫਾਰਮੂਲੇਸ਼ਨ ਐਂਡ ਇੰਪਲੀਮੈਂਟੇਸ਼ਨ ਗਾਈਡਲਾਈਨ ਤੇ ਅੱਜ ਦੀ ਇਸ ਇੰਪੋਰਟੈਂਟ ਸੀਰੀਜ਼ ਦਾ ਲਾਸਟ ਕੁਐਸਚਨ ਹੈ ਕਿਹੜੀ ਯੂਨੀਅਨ ਮਿਨਿਸਟਰੀ ਐਨਰਜੀ ਸਟੋਰੇਜ ਸਿਸਟਮ ਦੇ ਉੱਤੇ ਜਿਹੜੀ ਡਰਾਫਟ ਪਾਲਿਸੀ ਤਿਆਰ ਕੀਤੀ ਹੈ ਉਹਦੇ ਨਾਲ ਰਿਲੇਟਡ ਹੈ ਉਹਦੇ ਨਾਲ ਐਸੋਸੀਏਟਡ ਹੈ ਸੋ ਉਹ ਹੈ ਆਪਸ਼ਨ ਏ ਮਿਨਿਸਟਰੀ ਆਫ ਪਾਵਰ ਸੋ ਦਿਸ ਵਾਸ ਆਲ ਅਬਾਊਟ ਟੂਡੇਜ਼ ਲੈਕਚਰ ਆਈ ਹੋਪ ਯੂ ਲਾਈਕ ਦ ਵੀਡੀਓ ਕੀਪ ਸਪੋਰਟਿੰਗ ਵਿਕਟਰਸ ਨੌਲੇਜ ਥੈਂਕ ਯੂ ਐਂਡ ਗੁੱਡ ਲੱਕ